क्लिनिक दे विच मरीज बन के आए कुछ हमलावरां दे वल्लों डॉक्टर दी बुरी तरह कुटमार कीती गई है। लोहे दियां रॉडां दे नाल हमला करके उसनूं बुरी तरह जख्मी कर दिता गया है। दसिया जा रहा है कि आरएमपी डॉक्टर दे कोल कुछ मरीज दवाई लैण दे बहाने आउंदे ने। जिवें ही डॉक्टर दवाई देण लई हेठां झुकदा है तां इह हमलावर डॉक्टर दे सिर ते लोहे दी रॉड नाल वार कर दिंदे ने ते फिर लगातार उस ते हमला करदे ने, जिस करके वह बुरी तरह जख्मी हो जाता है। डॉक्टर नूं हस्पताल दे विच भर्ती करवाया गया है जिथे उसकी हालत गंभीर दसी जा रही है। दसिया जा रहा है कि दो व्यक्ति गड्डी ते सवार हो के आए सन, जिन्हां विचों एक दुकान दे अंदर आंदा है, दवाई मांगदा है ते जिवें ही डॉक्टर दवाई देण लई झुकदा है तां दूसरे व्यक्ति वल्लों रॉड दे नाल हमला कर दिता जांदा है। ਇਹ ਦੋਵੇਂ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ। ਅਜੇ ਤੱਕ ਹਮਲਾ ਕਰਨ ਦਾ ਕੋਈ ਵੀ ਕਾਰਨ ਸਾਹਮਣੇ ਨਹੀਂ ਆਇਆ ਤੇ ਨਾ ਹੀ ਇਹਨਾਂ ਹਮਲਾਵਰਾਂ ਦੀ ਕੋਈ ਪਹਿਚਾਣ ਹੋ ਪਾਈ ਹੈ। ਇਹ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਬਠਿੰਡਾ ਦੇ ਬਸਤੀ ਦੇ ਵਿੱਚ ਹੀ ਇਹ ਡਾਕਟਰ ਦਾ ਕਲੀਨਿਕ ਸੀ ਤੇ ਡਾਕਟਰ ਤੇ ਹਮਲਾ ਕੀਤਾ ਗਿਆ ਹੈ। ਹਮਲਾਵਰ ਮਰੀਜ਼ ਬਣ ਕੇ ਹੀ ਆਉਂਦੇ ਨੇ ਤੇ ਡਾਕਟਰ ਤੇ ਹਮਲਾ ਕਰਕੇ ਬੁਰੀ ਤਰ੍ਹਾਂ ਉਸਨੂੰ ਜ਼ਖਮੀ ਕਰਕੇ ਫਰਾਰ ਹੋ ਜਾਂਦੇ ਨੇ। ਫਿਲਹਾਲ ਪਰਿਵਾਰ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਹਮਲਾ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ। ਓਏ ਵੀਰੇ, ਦਵਾਈ ਲੈਣ ਦੇ ਬਹਾਨੇ ਆਏ ਸੀ ਡਾਕਟਰ ਦੀ ਦੁਕਾਨ ਇਹਨਾਂ ਦੀ, ਤੇ ਦਵਾਈ ਲੈਣ ਦੇ ਬਹਾਨੇ ਇਹਨਾਂ ਨੂੰ ਦਵਾਈ ਮੰਗੀ ਉਹਨਾਂ ਨੇ, ਇਹ ਚੁੱਕ ਕੇ ਦਵਾਈ ਦੇਣ ਲਈ ਉਹਨਾਂ ਨੇ ਰਾੜ ਜੀ ਸੀਗੀ ਸਿਰ 'ਚ, ਇਹ ਦੋ ਵਾਰੀ ਵਾਰ ਕਰਤਾ ਹੈ। ਨਹੀਂ, ਜਾਣ ਪਛਾਣ ਕੋਈ ਨਹੀਂ ਸੀ, ਦੋ ਜਣੇ ਦੋ ਜਣੇ ਸੀ। ਵੈਸੇ ਤਾਂ ਇੱਕ ਕੋਲ ਸੱਬਲ ਸੀਗੀ ਜਿਹਨੇ ਮਾਰੀ ਹੈ, ਉਹ ਦਵਾਈ ਲੈਣ ਦੇ ਬਹਾਨੇ ਆਇਆ ਸੀ, ਤੇ ਦੂਜਾ ਮੁੰਡਾ ਜਿਹੜਾ ਗੱਡੀ ਦੇ ਵਿੱਚ ਬੈਠਾ ਸੀ, ਮਾਰ ਕੇ ਨਾਲ ਦੀਆਂ ਗੱਡੀ ਲੈ ਕੇ ਭੱਜ ਗਏ। ਕਲੀਨਿਕ ਦੇ ਵਿੱਚ ਮਰੀਜ਼ ਬਣ ਕੇ ਆਏ ਕੁਝ ਹਮਲਾਵਰਾਂ ਦੇ ਵੱਲੋਂ ਡਾਕਟਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਲੋਹੇ ਦੀਆਂ ਰੋਡਾਂ ਦੇ ਨਾਲ ਹਮਲਾ ਕਰਕੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਰਐਮਪੀ ਡਾਕਟਰ ਦੇ ਕੋਲ ਕੁਝ ਮਰੀਜ਼ ਦਵਾਈ ਲੈਣ ਦੇ ਬਹਾਨੇ ਆਉਂਦੇ ਨੇ। ਜਿਵੇਂ ਹੀ ਇਹ ਡਾਕਟਰ ਦਵਾਈ ਦੇਣ ਲਈ ਹੇਠਾਂ ਝੁਕਦਾ ਹੈ ਤਾਂ ਇਹ ਹਮਲਾਵਰ ਡਾਕਟਰ ਦੇ ਸਿਰ ਤੇ ਲੋਹੇ ਦੀ ਰੋਡ ਨਾਲ ਵਾਰ ਕਰ ਦਿੰਦੇ ਨੇ ਤੇ ਫਿਰ ਲਗਾਤਾਰ ਉਸ ਤੇ ਹਮਲਾ ਕਰਦੇ ਨੇ, ਜਿਸ ਕਰਕੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਹੈ। ਡਾਕਟਰ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਵਿਅਕਤੀ ਗੱਡੀ ਤੇ ਸਵਾਰ ਹੋ ਕੇ ਆਏ ਸਨ, ਜਿਨ੍ਹਾਂ ਵਿੱਚੋਂ ਇੱਕ ਦੁਕਾਨ ਦੇ ਅੰਦਰ ਆਉਂਦਾ ਹੈ, ਦਵਾਈ ਮੰਗਦਾ ਹੈ ਤੇ ਜਿਵੇਂ ਹੀ ਡਾਕਟਰ ਦਵਾਈ ਦੇਣ ਲਈ ਝੁਕਦਾ ਹੈ ਤਾਂ ਦੂਸਰੇ ਵਿਅਕਤੀ ਵੱਲੋਂ ਰੋਡ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ। ਇਹ ਦੋਵੇਂ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ। ਅਜੇ ਤੱਕ ਹਮਲਾ ਕਰਨ ਦਾ ਕੋਈ ਵੀ ਕਾਰਨ ਸਾਹਮਣੇ ਨਹੀਂ ਆਇਆ ਤੇ ਨਾ ਹੀ ਇਹਨਾਂ ਹਮਲਾਵਰਾਂ ਦੀ ਕੋਈ ਪਹਿਚਾਣ ਹੋ ਪਾਈ ਹੈ। ਇਹ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਬਠਿੰਡਾ ਦੇ ਬਸਤੀ ਦੇ ਵਿੱਚ ਹੀ ਇਹ ਡਾਕਟਰ ਦਾ ਕਲੀਨਿਕ ਸੀ ਤੇ ਡਾਕਟਰ ਤੇ ਹਮਲਾ ਕੀਤਾ ਗਿਆ ਹੈ। ਹਮਲਾਵਰ ਮਰੀਜ਼ ਬਣ ਕੇ ਹੀ ਆਉਂਦੇ ਨੇ ਤੇ ਡਾਕਟਰ ਤੇ ਹਮਲਾ ਕਰਕੇ ਬੁਰੀ ਤਰ੍ਹਾਂ ਉਸਨੂੰ ਜ਼ਖਮੀ ਕਰਕੇ ਫਰਾਰ ਹੋ ਜਾਂਦੇ ਨੇ। ਫਿਲਹਾਲ ਪਰਿਵਾਰ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਹਮਲਾ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ। ਓਏ ਵੀਰੇ, ਦਵਾਈ ਲੈਣ ਦੇ ਬਹਾਨੇ ਆਏ ਸੀ ਡਾਕਟਰ ਦੀ ਦੁਕਾਨ ਇਹਨਾਂ ਦੀ, ਤੇ ਦਵਾਈ ਲੈਣ ਦੇ ਬਹਾਨੇ ਇਹਨਾਂ ਨੂੰ ਦਵਾਈ ਮੰਗੀ ਉਹਨਾਂ ਨੇ, ਇਹ ਚੁੱਕ ਕੇ ਦਵਾਈ ਦੇਣ ਲਈ ਉਹਨਾਂ ਨੇ ਰਾੜ ਜੀ ਸੀਗੀ ਸਿਰ 'ਚ, ਦੋ ਵਾਰੀ ਵਾਰ ਕਰਤਾ ਹੈ। ਨਹੀਂ, ਜਾਣ ਪਛਾਣ ਕੋਈ ਨਹੀਂ ਸੀ, ਦੋ ਜਣੇ ਦੋ ਜਣੇ ਸੀ। ਵੈਸੇ ਤਾਂ ਇੱਕ ਕੋਲ ਸੱਬਲ ਸੀਗੀ ਜਿਹਨੇ ਮਾਰੀ ਹੈ, ਉਹ ਦਵਾਈ ਲੈਣ ਦੇ ਬਹਾਨੇ ਆਇਆ ਸੀ, ਤੇ ਦੂਜਾ ਮੁੰਡਾ ਜਿਹੜਾ ਗੱਡੀ ਦੇ ਵਿੱਚ ਬੈਠਾ ਸੀ, ਮਾਰ ਕੇ ਨਾਲ ਦੀਆਂ ਗੱਡੀ ਲੈ ਕੇ ਭੱਜ ਗਏ।